दसम पिता वर्गी जग अंदर काल सकदा होर काल कोई नहीं। इन स्टेज तो लैके जिथे सोनीपत वाली साइड जिथे तक किसानां दीआं ट्रालियां खड़ियां ने उत्थे तक इस वेले नगर कीर्तन कढ़िया जा रहा है। जेड़ा पुत वारे ऐसा पिता कोई नहीं, जेड़ा पिता वारे ऐसा बाल कोई नहीं। सत श्री अकाल जी, सुरखाब टीवी देख रहे हो, मैं अमरप्रीत सिंह गुजरवाल इस वेले कुंडली बार्डर ते मौजूद हाँ। तो मेन स्टेज तो लैके जिथे सोनीपत वाली साइड जिथे तक किसानां दीआं ट्रालियां खड़ियां ने उत्थे तक इस वेले नगर कीर्तन कढ़िया जा रहा है। गुरु गोबिंद सिंह सच्चे पातशाह जी दे प्रकाश पुरब नूं समर्पित ये नगर कीर्तन बिल्कुल सोनीपत वाली साइड ते जिहड़ा इस वेले वाधा होया नज़री पै रहा। तुसीं लाइव तस्वीरां जिहड़ियां ने साडे सुरखाब टीवी ते देख रहे हो, एक एक मिनट की पल पल की जिहड़ी अपडेट तुहानूं दित्ती जा रही है। बिल्कुल इस वेले लाइव तस्वीरां ने तुसीं बिल्कुल सामने देख सकते हो, पंजां प्यारियां दे रूप दे विच सिंघ खड़े ने, नीले झंडे जिहड़े ने ਉਹ ਜਿਹੜੇ ਸਜਾਏ ਗਏ ਨੇ ਅਤੇ ਨਾਲ ਹੀ ਦਮਾਲੇ ਸਜਾਏ ਹੋਏ ਨਜ਼ਰੀ ਪੈ ਰਹੇ ਨੇ। ਸੰਗਤ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਬਿਲਕੁਲ ਨੇੜੇ ਆ ਕੇ ਤੁਸੀਂ ਦੇਖ ਸਕਦੇ ਹੋ, ਸੰਗਤ ਸੇਵਾ ਕਰਦੀ ਹੋਈ ਨਜ਼ਰੀ ਪੈ ਰਹੀ ਹੈ। ਹਜ਼ਾਰਾਂ ਦਾ ਇਕੱਠ ਹੈ ਅਤੇ ਨਗਰ ਕੀਰਤਨ ਜਿਹੜਾ ਇੱਥੋਂ ਵਾਧਿਆ ਹੋਇਆ ਸੋਨੀਪਤ ਵਾਲੀ ਸਾਈਡ 'ਤੇ ਜਾਵੇਗਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਇਹ ਨਗਰ ਕੀਰਤਨ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੇ ਆਪਾਂ ਜੀਵਨ ਦੀ ਗੱਲ ਕਰੀਏ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਭ ਤੋਂ ਮਹਾਨ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣੀ ਅਤੇ ਨਾਲ ਹੀ ਸਿੱਖ ਨੂੰ ਹਦਾਇਤ ਕਰਨੀ ਵੀ ਅੱਜ ਤੋਂ ਬਾਅਦ ਤੇਰਾ ਕੋਈ ਗੁਰੂ ਨਹੀਂ ਹੈ, ਤੂੰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਸਮਝ ਕੇ ਜੀਵਨ ਦੇ ਵਿੱਚ ਚੱਲਣਾ ਹੈ। ਨਾਲ ਦੀ ਨਾਲ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਵੀਆਂ ਨੂੰ ਸੱਚ ਦੇ ਨਾਲ ਜੋੜਿਆ, ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਸੀਗੀਆਂ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਪੌਂਟਾ ਸਾਹਿਬ ਦੀ ਧਰਤੀ ਦੇ ਉੱਪਰ ਸੁਣਦੇ ਰਹੇ। ਉੱਥੇ ਨਾਲ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਿੱਖਾਂ ਨੂੰ ਜੋੜਦੇ ਰਹੇ। ਸ਼ਸਤਰ ਵਿੱਦਿਆ ਸਿਖਾਈ ਜਾਂਦੀ, ਘੋੜ ਸਵਾਰੀ ਸਿਖਾਈ ਜਾਂਦੀ, ਕਿਲਿਆਂ ਦਾ ਨਿਰਮਾਣ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਰਥਾਏ। ਇੱਕ ਕਵੀ ਨੇ ਬੜੇ ਪਿਆਰੇ ਬੋਲ ਲਿਖੇ ਨੇ ਵੀ ਜੇ ਗੁਰੂ ਸਾਹਿਬ ਜੀ ਨਾ ਹੁੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਸੀ। ਆ ਇੱਦਾਂ ਦੇ ਬੋਲ ਉਹਦੇ ਵੱਲੋਂ ਲਿਖੇ ਮਿਲਦੇ ਨੇ ਵੀ ਜਦੋਂ ਧਰਮ ਪਰਿਵਰਤਨ ਦੀ ਗੱਲ ਆਉਂਦੀ ਹੈ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੱਚ ਦੇ ਲਈ ਆਪਣਾ ਆਪ ਕੁਰਬਾਨ ਕਰਦੇ ਹਨ ਧਰਮ ਪਰਿਵਰਤਨ ਦੇ ਲਈ, ਸੱਚ ਦੇ ਲਈ। ਜਿੱਥੇ ਝੂਠ ਪ੍ਰਧਾਨ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਸੱਚ ਦੇ ਲਈ, ਧਰਮਾਂ ਨੂੰ ਸੱਚ ਵਾਲੇ ਪਾਸੇ ਨੂੰ ਤੋਰਨ ਦੇ ਲਈ। ਤੁਸੀਂ ਬਿਲਕੁਲ ਸਾਹਮਣੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੇ, ਨਿਹੰਗ ਸਿੰਘ ਗੱਤਕਾ ਖੇਡਦਿਆਂ ਹੋਇਆਂ ਨਜ਼ਰੀ ਪੈ ਰਹੇ ਹਨ। ਕਿੰਨਾ ਸੋਹਣਾ ਜਿਹੜਾ ਹੈਗਾ ਉਹ ਗੱਤਕਾ ਖੇਡਦਿਆਂ ਹੋਇਆਂ ਨਜ਼ਰੀ ਪੈ ਰਹੇ ਹਨ। ਇਸ ਟਾਈਮ ਕੁੰਡਲੀ ਬਾਰਡਰ 'ਤੇ ਸੁਰਖਾਬ ਟੀਵੀ ਦੇਖ ਰਹੇ ਹੋ ਤੁਸੀਂ, ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਨੇ ਇਸ ਵੇਲੇ ਨਗਰ ਕੀਰਤਨ ਦੇ ਨਾਲ ਜਿਹੜਾ ਬਿਲਕੁਲ ਫਰੰਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਗੱਤਕਾ ਖੇਡਿਆ ਜਾ ਰਿਹਾ ਹੈ। ਸਿੰਘ ਗੱਤਕਾ ਖੇਡਦਿਆਂ ਹੋਇਆਂ ਨਜ਼ਰੀ ਪੈ ਰਹੇ ਨੇ, ਸ਼ਸਤਰ ਹੱਥ ਦੇ ਵਿੱਚ ਫੜੇ ਹੋਏ ਨੇ, ਕਿਰਪਾਨਾਂ ਫੜੇ ਹੋਏ ਨੇ, ਨੇਜੇ ਫੜੇ ਹੋਏ ਨੇ ਅਤੇ ਨਾਲ ਜਿਹੜੀਆਂ ਹੈ ਗੱਤਕਾ ਖੇਡਿਆ ਜਾ ਰਿਹਾ। ਤੁਸੀਂ ਸਿੱਧੀਆਂ ਤਸਵੀਰਾਂ ਲਾਈਵ ਦੇਖ ਰਹੇ ਹੋ, ਪਿੱਛੇ ਤੱਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਹਜ਼ਾਰਾਂ ਹੀ ਸੰਗਤ ਜਿਹੜੀ ਉਹ ਨਜ਼ਰੀ ਪੈ ਰਹੀ ਹੈ। ਮੈਂ ਗੱਲ ਕਰ ਰਿਹਾ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਧਰਮ ਪਰਿਵਰਤਨ ਦੇ ਵਿਰੁੱਧ ਆਵਾਜ਼ ਉਠਾਈ ਵੀ ਕਿਸੇ ਦਾ ਧਰਮ ਪਰਿਵਰਤਨ ਨਹੀਂ ਕੀਤਾ ਜਾ ਸਕਦਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਕੁਰਬਾਨੀ ਅਹਿਮ ਕੁਰਬਾਨੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਛੋਟੀ ਉਮਰ ਤੋਂ ਲੈ ਕੇ ਆਪਣੀ 42 ਸਾਲ ਦੀ ਉਮਰ ਤੱਕ ਮਹਾਨ ਇਤਿਹਾਸ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਕੁਰਬਾਨੀਆਂ ਦੇ ਨਾਲ ਭਰਿਆ ਪਿਆ ਹੈ। 1699 ਦੀ ਵਿਸਾਖੀ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਜਿਹੜਾ ਪ੍ਰਗਟ ਕੀਤਾ, ਖਾਲਸੇ ਨੂੰ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੇ ਲਈ ਸ਼ਸਤਰ ਵਿੱਦਿਆ ਦਿੱਤੇ, ਪੰਜ ਕਕਾਰਾਂ ਦਾ ਧਾਰਨੀ ਬਣਾਇਆ ਵੀ ਇਹ ਪੰਜ ਕਕਾਰ ਜਿਹੜਾ ਹੈ ਮੇਰਾ ਸਿੱਖ ਪਹਿਨ ਕੇ ਰੱਖੇਗਾ, ਖੰਡੇ ਕੀ ਪਹੁਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਅਤੇ ਜਦੋਂ ਧਰਮ ਪਰਿਵਰਤਨ ਦੀ ਗੱਲ ਆਉਂਦੀ ਹੈ ਤਾਂ ਇੱਕ ਕਵੀ ਨੇ ਬੜੀਆਂ ਪਿਆਰੀਆਂ ਲਾਈਨਾਂ ਲਿਖੀਆਂ ਨੇ, ਉਹ ਕਹਿੰਦਾ ਆਜ ਲਓ ਜੋ ਦੇਖਤੇ ਹੈ ਹਿੰਦ ਮੇਂ ਮੁਸਲਮਾਨ, ਇਨ ਮੇਂ ਬਤਾਓ ਕੌਣ ਅਰਬ ਸਥਾਨ ਕੇ, ਖੱਤਰੀ ਬ੍ਰਾਹਮਣ ਔਰ ਬਾਣੀਓ ਕੇ ਪੂਤ ਬਹੁਤੇ, ਜੱਟ ਜ਼ਿਮੀਂਦਾਰ ਔਰ ਕੌਮ ਤਰ ਖਾਣ ਕੇ, ਮੱਕੇ ਓ ਮਦੀਨੇ ਕੇ ਨਾ ਜਿਹੇ ਬਸ ਨੀਕ ਹੋਏ, ਰਾਫ ਜੀ ਦੁਰਾਨੀ ਨਾ ਰਹੇ ਇਹ ਈਰਾਨ ਕੇ, ਇਸੀ ਔਰ ਹਿੰਦ ਸਭ ਹੋਵਤੀ ਮੁਸਲਮਾਨ, ਜਿਉ ਨਾ ਤੀਰ ਛੂਟਤੇ ਗੋਬਿੰਦ ਸਿੰਘ ਜਵਾਨ ਕੇ। ਅੱਗੇ ਉਹ ਲਿਖਦਾ ਹੈ ਵੀ ਮੁਸਲਮਾਨ ਨੇ ਵੀ ਅੱਗੇ ਧੱਕੇ ਦੇ ਨਾਲ ਅੱਗੇ ਮੁਸਲਮਾਨ ਬਣਾਏ ਜਾਣੇ ਸੀ। ਜੇ ਆਪਾਂ ਹਿੰਦੂ ਧਰਮ ਦੀ ਗੱਲ ਕਰਦੇ ਹਾਂ
धक्के दे नाल अपने धर्म के मुसलमानी धर्म के कन्वर्ट करन फिरदे सी ओ लोग। ओ कवि अगे लिखता है, काली कलकत्ते वाली भौर कर गई खाली, जाए के बराजी कहाँ चादरां नूं ताण के, हाए अफसोस किसे आण के ना सार लीनी, जबी सी सकाट थे ते कुल हिंदुवान के, कोई किसे प्रचंड होके देश का ना किया भला, आज सभी जाग उठे देवता जहान के, कुल देवी देवा जे जहान से ही दूर होते, ज्यों ना तीर छूटते गोविंद सिंह जवान के। जे गुरु गोबिंद सिंह सच्चे पातशाह जी अपना फर्ज ना निभाउंदे, अज नूं धक्के दे नाल होरां धर्मां दे विच कन्वर्ट कर दिता जाणा सी, ते इत्थे जो हालात होणे सी ओह साडे सामणे सी। सतगुर सच्चे पातशाह जी ने सारी जिंदगी धक्के दे नाल विरुद्ध जिहड़ी हैगी आ ओह आवाज़ उठाई ते लोकां नूं जागरूक कीता, गुरु ग्रंथ साहिब जी दी बाणी दे नाल जोड़िया, गाव्या सुणिया तिनका हर थाएं पवै जिन सतगुर की आग्या, सत सत कर मानी। गुरु ग्रंथ साहिब जी दी बाणी नूं मन के चलना सिख दा मुढ़ला फर्ज है, गुरबाणी नूं समझना विचारना अपने जीवन दे विच लैके आउणा, इह गुरु साहिब जी दा मेन जिहड़ा सुनेहा सीगा। सिख गुरु ग्रंथ साहिब जी दी बाणी आप पढ़े, गुरबाणी दा सहज पाठ करे, मेरा जिहड़ा सिख होएगा गुरबाणी दा सहज पाठ करेगा अते नाल दी नाल उस विचार नूं अपने जीवन दे विच परिवार दे विच जिहड़ा हैगा उह विच जो गुरु साहिब जी ने सिक्ख्या देनी है जीवन दे विच लैके चलेगा। इदां दे सतगुर सच्चे पातशाह जी ने सानूं उपदेश दिता है, सतगुर नूं सब को वेखदा जेता जगत संसार, डिठै मुक्त न हो बई जिचर शब्द न करै विचार। केवल गुरु नूं वेखण दी गल नहीं है, इन्हां अखां दे नाल गुरु नूं वेखण दी गल नहीं है, गल है गुरु ग्रंथ साहिब जी दी बाणी नूं जीवन दे विच लैके आउणा। जीवन गुरु ग्रंथ साहिब जी दी बाणी वर्गा होवे सिख दा, जिवें गुरु साहिब जी ने सारी जिंदगी महान घालनामा घालदिआं होइआं सानूं सच दे नाल जोड़िया, सानू सिख बनाया। सिख मन के चले गुरु की गल न, हर गुरु के उपदेश अपने जीवन के लैके चले। ये गुरु गोबिंद सिंह सच्चे पातशाह जी का सांझा उपदेश है सारियां नू, चाहे कोई हिंदू वीर होवे, मुसलमान वीर होवे, ईसाई जैनी बोधी सिख वीर होवे, गुरु साहिब जी की बाणी सारियां दे लई सांझी है। प्रथाए साखी महापुरख बोलदे सांझी सगल जहान है, सारे जहान के लिए सतगुर सच्चे पातशाह जी का सांझा उपदेश है। तुसी देख सकते हो बिल्कुल सामने निहंग सिंह पंजा प्यारियां दे रूप दे विच सामने होए, देख सकते हो तुसी खड़े होए नज़री पैंदे ने, मेन अगवाई कीती जा रही है गुरु ग्रंथ साहिब जी दी अगवाई दे विच ए नगर कीर्तन। तुसी बिल्कुल सुरखाब टीवी ते लाइव तस्वीरां देख रहे हो, इस टाइम कुंडली बार्डर ते तों नगर कीर्तन ये आरंभ होया है ते अगे चल के सोनीपत वाली साइड वाधा होया नज़री पै रहा है। तुसी बिल्कुल सामने देख सकते हो गुरु ग्रंथ साहिब का प्रकाश, पंज प्यारे सामने खड़े होए नज़री पै रहे ने, लाइव तस्वीर ने। लोड़ है गुरु ग्रंथ साहिब जी की बाणी नूं मन के चलण दी, जे असी गुरु ग्रंथ साहिब जी की बाणी नूं नहीं मनते तो यह केवल एक लोक दिखावा बन के रह जाता है। सतगुर सच्चे पातशाह जी की बाणी नूं मन के चलना जीवन दे विच लैके आना हर सिख दे लई की हर एक दे लई जरूरी है, ता यह गुरु ग्रंथ साहिब जी के रिलेटड बनाए हुए मनाए हुए प्रकाश पुरब ता यह शोभनीक हो सकते हैं। जे असी गुरु ग्रंथ साहिब जी की बाणी के अकॉर्डिंग चलीए, फर्ज बनता है मुढ़ला फर्ज बनता है कि असी गुरु ग्रंथ साहिब जी की बाणी नू जीवन दे विच लैके आईए। तुसी बिल्कुल सामने, मैं कैमरामैन नू बेनती करूँगा गुरु ग्रंथ साहिब का प्रकाश दिखाओ, बिल्कुल सामने जिहड़ा हैगा वह पालकी आ रही है तो गुरु ग्रंथ साहिब जी का प्रकाश किया होया नज़री पै रहा है। बिल्कुल सामने तुसी लाइव तस्वीर देख रहे हो गुरु ग्रंथ साहिब जी का प्रकाश, हज़ारा ही संगत जिहड़ी इस टाइम कुंडली बार्डर ते मौजूद है, शरदा भावना दे नाल गुरु ग्रंथ साहिब जी का प्रकाश जिहड़ा हैगा वह किया, शरदा भावना दे नाल संगत आ रही है। तुसी गुरु साहिब जी का प्रकाश देख सकते हो किन्नी शरदा भावना दे नाल हज़ारा ही संगतां बिल्कुल पिछे तक गुरबाणी का कीर्तन किया जा रहा है, जकारे छड़े जा रहे हैं, निहंग सिंह अपना फर्ज निभा रहे ने, जात पात मजहब तो उपर उठद्या होया हर एक इंसान इस नगर कीर्तन दे विच तुसी देख सकते हो। हिंदू वीर भी पहुँचे ने, मुसलमान वीर भी, सिख वीर भी पहुँचे ने, तुसी बिल्कुल सामने लाइव तस्वीर पिछे तक देख रहे हो, बहुत दूर तक हज़ारा ही संगत जिहड़ी इस नगर कीर्तन दे विच सतगुर सच्चे पातशाह जी की बाणी दे नाल जुड़न का यतन कर रही है। बहुत बहुत धन्यवाद जी कैमरामैन गुरसेवक सिंह भाणे दे नाल, अमरप्रीत सिंह गुजरवाल कुंडली बार्डर तो, तुसी देख रहे हो सुरखाब टीवी।